ਇਸ ਪ੍ਰੋਗਰਾਮ ਦੇ ਪ੍ਰਾਯੋਜਕ ਸਨ ਘੁੰਮਣ ਪ੍ਰੋਡਕਸ਼ਨ ਜਲੰਧਰ। ਤਾਜਦਾਰਾਂ ਦੇ ਨਾਂ ਅਮੀਰਾਂ ਦੇ, ਦੀਵੇ ਜਗਦੇ ਸਦਾ ਫਕੀਰਾਂ ਦੇ। ਬੀਤੇ ਦਿਨੀ ਪਿੰਡ ਉਦੇਸੀਆਂ ਨੇੜੇ ਆਦਮਪੁਰ ਜ਼ਿਲ੍ਹਾ ਜਲੰਧਰ ਵਿੱਚ ਸਾਈ ਜੁਮਲੇ ਸ਼ਾਹ ਕੁਰੈਸ਼ੀ ਜੀ ਦੀ ਯਾਦ ਵਿੱਚ 45ਵਾਂ ਸਾਲਾਨਾ ਉਰਸ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸੱਯਦ ਫਕੀਰ ਬੀਬੀ ਸ਼ਰੀਫਾਂ ਜੀ ਹਰੀਪੁਰ ਉਦੇਸੀਆਂ ਵਾਲਿਆਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਹ ਉਰਸ ਪੂਰੇ 3 ਦਿਨ ਅਤੇ ਰਾਤ ਚੱਲਿਆ। ਉਰਸ ਦੇ ਪਹਿਲੇ ਦਿਨ ਬੀਬੀ ਜੀ ਅਤੇ ਸਮੂਹ ਸੰਗਤ ਵੱਲੋਂ ਚਿਰਾਗ ਰੋਸ਼ਨ ਕੀਤੇ ਗਏ ਅਤੇ ਰਾਤ ਨੂੰ ਕਵਾਲੀਆਂ ਦੀ ਮਹਿਫਲ ਸਜਾਈ ਗਈ। ਇਸ ਮੌਕੇ 'ਤੇ ਬੌਵੀ ਬਜਵਾੜਾ ਵੱਲੋਂ ਨਕਲਾਂ ਵੀ ਪੇਸ਼ ਕੀਤੀਆਂ ਗਈਆਂ। ਫਿਰ ਦੂਸਰੇ ਦਿਨ ਦਰਬਾਰ ਵਿਖੇ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਬੀਬੀ ਸ਼ਰੀਫਾਂ ਜੀ ਅਤੇ ਮਹੰਤ ਸ਼ੀਲੋ ਸਾਬਰੀ ਜੀ ਫਗਵਾੜਾ ਵਾਲਿਆਂ ਵੱਲੋਂ ਅਦਾ ਕੀਤੀ ਗਈ। ਇਸ ਰਸਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਵਾਨ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ 'ਤੇ ਬੀਬੀ ਜੀ ਨੇ ਉਸ ਅੱਲਾ ਅੱਗੇ ਸਰਬਤ ਦੇ ਭਲੇ ਲਈ ਅਰਦਾਸ ਬੇਨਤੀਆਂ ਕੀਤੀਆਂ। ਇਸ ਰਸਮ ਤੋਂ ਬਾਅਦ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼੍ਰੀਮਾਨ ਸੰਤ ਮਨਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਸਮੂਹ ਸੰਗਤ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ। ਜਦੋਂ ਇਹ ਗਿਣਤੀ ਮਨੁੱਖ ਦੀ ਬਣ ਜਾਂਦੀ, ਔਕਣ ਆਪਣੇ ਦੇਖਣੇ, ਦੂਜੇ ਦੇ ਗੁਣ ਦੇਖਣੇ, ਤਾਂ ਫਿਰ ਬਾਬਾ ਫਰੀਦ ਸਾਹਿਬ ਜੀ ਜਦੋਂ ਦੁਨੀਆ ਬਹੁਤ ਸਤਿਕਾਰ ਕਰਨ ਲੱਗੀ ਤਾਂ ਬਾਬਾ ਜੀ ਨੇ ਫਿਰ ਇੱਕ ਵਚਨ ਹੋਰ ਲਿਖਿਆ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਬੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ। ਉਹਨਾਂ ਨੇ ਕਿਹਾ ਕਿ ਸਭ ਧਰਮ ਬਰਾਬਰ ਹਨ, ਸਾਨੂੰ ਸਭ ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਦੇ ਪ੍ਰਵਚਨਾਂ ਤੋਂ ਬਾਅਦ ਬਾਹਰ ਖੁੱਲ੍ਹੇ ਪੰਡਾਲ ਵਿੱਚ ਕਵਾਲੀਆਂ ਦਾ ਆਗਾਜ਼ ਕੀਤਾ ਗਿਆ, ਜਿਸ ਵਿੱਚ ਆਏ ਹੋਏ ਕਵਾਲਾਂ ਨੇ ਆਪਣੇ ਸੂਫੀਆਨਾ ਕਲਾਮਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਹਨਾਂ ਕਵਾਲਾਂ ਵਿੱਚ ਕਰਾਮਤ ਫਕੀਰ ਮਲੇਰਕੋਟਲਾ, ਸਲੀਮ ਇਕਬਾਲ ਮਲੇਰਕੋਟਲਾ, ਮਨੀਰ ਹੁਸੈਨ ਸ਼ਾਕਰ, ਗੁਲਾਮ ਸਾਬਰ ਮਹਿੰਦੀ, ਆਬਾਦ ਅਲੀ ਆਬਾਦ, ਚਮਨ ਇਲਾਹੀ ਚਿਸ਼ਤੀ, ਸ਼ਕੀਲ ਸਾਬਰੀ ਫਲੌਰ, ਹਰਮੇਸ਼ ਰੰਗੀਲਾ ਬਲਾਚੌਰ ਅਤੇ ਹੋਰ ਵੀ ਬਹੁਤ ਸਾਰੇ ਕਵਾਲ ਪਹੁੰਚੇ ਹੋਏ ਸਨ। ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਉਰਸ ਦੌਰਾਨ ਪਾਕਿਸਤਾਨ ਤੋਂ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਕਵਾਲਾਂ ਨੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ 'ਤੇ ਸਾਈਂ ਤਾਜ ਮੁਹੰਮਦ ਜੀ ਭਾਸਲੇ ਵਾਲੇ, ਸ਼੍ਰੀਮਾਨ ਬਲਵੰਤ ਸਿੰਘ ਜੀ ਡਿੰਗਰੀਆਂ, ਸਾਈਂ ਮੁਹੰਮਦ ਰਫੀਕ ਜੀ, ਸੰਤ ਜਸਵੰਤ ਸਿੰਘ ਜੀ ਖੇੜਾ ਠੱਕਰਵਾਲ, ਸ਼੍ਰੀਮਾਨ ਦਿਲਾਵਰ ਸਿੰਘ ਬ੍ਰਹਮ ਜੀ, ਸ਼੍ਰੀਮਾਨ ਗੁਰਪਾਲ ਦਾਸ ਜੀ ਤਾਰਾਗੜ੍ਹ, ਸ਼੍ਰੀਮਾਨ ਸਤਨਾਮ ਸਿੰਘ ਜੀ ਨਰੂੜ, ਸ਼ਾਮੀ ਸ਼ਾਹ ਜੀ ਸ਼ਾਮ 84 ਦੇ 10ਵੇਂ ਵਾਰਸ ਸਾਹਿਬਜ਼ਾਦਾ ਮੁਹੰਮਦ ਸਲੀਮ ਸ਼ਾਮੀ ਨਕਸ਼ਬੰਦੀ ਲਾਹੌਰ, ਸੈਯਦ ਅਬਦੁਲ ਕਲਾਮ ਅਜਮੇਰ ਤਾਰਾਗੜ੍ਹ ਅਤੇ ਹੋਰ ਵੀ ਬਹੁਤ ਸਾਰੇ ਮਹਾਂਪੁਰਸ਼ ਪਹੁੰਚੇ ਹੋਏ ਸਨ। ਇਸ ਜੋੜ ਮੇਲੇ ਵਿੱਚ ਲੱਗੀਆਂ ਦੁਕਾਨਾਂ ਤੋਂ ਬੱਚੇ, ਨੌਜਵਾਨ ਅਤੇ ਔਰਤਾਂ ਘੁੰਮ ਫਿਰ ਕੇ ਖਰੀਦੋ ਫਰੋਖਤ ਵੀ ਕਰ ਰਹੇ ਸਨ। ਇਸ ਸਮੇਂ 'ਤੇ ਇੱਕ ਨੌਜਵਾਨ ਸ਼ਰਧਾਲੂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੂੰ ਇੱਥੇ ਆ ਕੇ ਬਹੁਤ ਚੰਗਾ ਲੱਗਦਾ ਹੈ। ਮੈਂ ਇਸ ਮੇਲੇ ਵਿੱਚ ਆਣ ਕੇ ਬਹੁਤ ਖੁਸ਼ੀ ਪ੍ਰਾਪਤ ਕਰਦਾ ਹਾਂ। ਇੱਥੇ ਜੋ ਕਵਾਲੀਆਂ ਕਰਵਾਈਆਂ ਜਾਂਦੀਆਂ ਹਨ ਉਹ ਸਾਨੂੰ ਸਾਡੇ ਪੂਰਵਿਆਂ ਨਾਲ ਜੋੜਦੀਆਂ ਹਨ। ਸਾਡੀ ਜਿੱਥੇ ਵੀ ਸੇਵਾ ਲਗਾਈ ਜਾਂਦੀ ਹਨ ਅਸੀਂ ਬੜੀ ਖੁਸ਼ੀ ਅਤੇ ਇਮਾਨਦਾਰੀ ਨਾਲ ਕਰਦੇ ਹਾਂ। ਬੀਬੀ ਜੀ ਸਾਨੂੰ ਬਹੁਤ ਪਿਆਰ ਕਰਦੇ ਹਨ ਅਤੇ ਹਮੇਸ਼ਾ ਸਾਨੂੰ ਸੱਚ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ। ਉਰਸ ਵਿੱਚ ਪਹੁੰਚੀ ਹੋਈ ਇੱਕ ਔਰਤ ਸੁਖਵਿੰਦਰ ਕੌਰ ਨੇ ਵੀ ਸਾਡੇ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ। ਅਸੀਂ 7 ਕੁ ਸਾਲ ਤੋਂ ਇਸ ਮੇਲੇ ਵਿੱਚ ਆ ਰਹੇ ਹਾਂ ਅਤੇ ਆਪਣੇ ਇਸ ਬੱਚਿਆਂ ਨੂੰ ਵੀ ਆਪਾਂ ਅਸੀਂ ਇੱਥੇ ਮੇਲੇ ਵਿੱਚ ਨਾਲ ਲੈ ਕੇ ਆਈਦਾ ਹੈ ਤਾਂ ਕਿ ਸਾਡੇ ਬੱਚੇ ਸਹੀ ਰਾਹ 'ਤੇ ਚੱਲ ਸਕਣ ਅਤੇ ਆਪਣੇ ਵਿਰਸੇ ਨਾਲ ਜੁੜੇ ਰਹਿਣ। ਬੀਬੀ ਜੀ ਵੱਲੋਂ ਸਹੀ ਰਾਹ 'ਤੇ ਚੱਲਣ ਅਤੇ ਸੱਚਾ ਸੁਚਾਚਰਨ ਗ੍ਰਹਿਣ ਕਰਨ ਦੀ ਸ਼ਿਕਸ਼ਾ ਦਿੱਤੀ ਜਾਂਦੀ ਹੈ ਅਤੇ ਅਸੀਂ ਇਸ ਮੇਲੇ ਤੋਂ ਇਲਾਵਾ ਵੀ ਇਸ ਇੱਥੇ ਆਉਂਦੇ ਰਹਿੰਦੇ ਹਾਂ ਅਤੇ ਸਾਨੂੰ ਇੱਥੇ ਆ ਕੇ ਮਨ ਦੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸਮਾਗਮ ਦੇ ਅਖੀਰਲੇ ਦਿਨ ਪਹੁੰਚੇ ਹੋਏ ਕਲਾਕਾਰਾਂ ਨੇ ਵੀ ਆਪਣੇ ਸੂਫੀਆਨਾ ਕਲਾਮਾਂ ਰਾਹੀਂ ਹਾਜ਼ਰੀ ਲਗਵਾਈ। ਇਹਨਾਂ ਕਲਾਕਾਰਾਂ ਵਿੱਚ ਕੁਮਾਰ ਰਾਜਨ, ਗੁਰਮੇਜ ਮੇਲੀ, ਸਾਬਰ ਕੋਟੀ, ਰਣਜੀਤ ਰਾਣਾ, ਗੁਲਜ਼ਾਰ ਲਾਹੌਰੀਆ, ਬੂਟਾ ਮੁਹੰਮਦ, ਰੂਬੀ ਖਾਨ, ਕੁਲਵਿੰਦਰ ਕਿੰਦਾ ਆਦਿ ਹਾਜ਼ਰ ਸਨ। ਇਸ ਮੌਕੇ 'ਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਰੇਸ਼ਮ ਸਿੰਘ ਭੱਟੀ ਵੱਲੋਂ ਬਾਖੂਬੀ ਨਿਭਾਈ ਗਈ। ਇਹ ਫਕਰ ਨੂੰ ਕਰਨਾ ਸਲਾਮ ਚੰਗਾ, ਭਾਵੇਂ ਹੱਲ ਵੀ ਉਹ ਬਿਹਾਲ ਹੋਵੇ, ਇਹ ਨਾ ਜਾਣੀਏ ਉਹਦੇ 'ਚ ਕੁਝ ਵੀ ਨਹੀਂ, ਸ਼ਾਇਦ ਉਸਦਾ ਪੀਰ ਕਮਾਲ ਹੋਵੇ। ਪੀਰ ਮੇਰਾ ਮੋਰਤਾ ਵੰਡਦਾ ਪਰ ਲੋ ਟੋਲੀਆਂ ਸਾਰੇ, ਲੱਖ ਲੱਖ ਵਾਰੀ ਸ਼ੁਕਰ ਕਰੋ ਪੀਰਾਂ ਦੇ ਲੜ ਲੱਗੇ ਹੋ।
ਇਸ ਸਮੇਂ ਦੇ ਦਰਬਾਰ ਦੇ ਸੇਵਾਦਾਰ ਬੀਬੀ ਅਮਰਜੀਤ ਕੌਰ ਨੇ ਵੀ ਸਾਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਇਆ। ਇਹ ਮੇਲਾ ਸਾਈ ਜੁੰਮੇ ਸ਼ਾਹ ਦੀ ਯਾਦ ਦੇ ਵਿੱਚ ਮਨਾਇਆ ਜਾ ਰਿਹਾ ਆ, ਬੀਬੀ ਜੀ ਦੀ ਰਹਿਨਮਾਈ ਹੇਠ। ਇਸ ਮੇਲੇ ਦੇ ਵਿੱਚ ਦੂਰੋਂ ਦੂਰੋਂ ਸੰਤ ਮਹਾਂਪੁਰਸ਼, ਪੀਰ ਫਕੀਰ, ਦੇਸ਼ਾਂ ਵਿਦੇਸ਼ਾਂ ਤੋਂ ਸਭ ਸੰਗਤਾਂ ਇੱਥੇ ਆਣ ਕੇ ਆਪਣੀ ਹਾਜ਼ਰੀ ਲਵਾਉਂਦੀਆਂ ਆ। ਆਪਾਂ ਸਾਰੇ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਆਈਏ ਅਤੇ ਉਹਨਾਂ ਨੂੰ ਵੇਖ ਦਾ ਪਤਾ ਲੱਗੇ ਵੀ ਆਪਣੇ ਪਿਛੋਕੜ ਦੇ ਬਾਰੇ। ਬਾਕੀ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਂਦਾ ਹੈ, ਉਸ ਦੇ ਵਿੱਚ ਵੀ ਜੋ ਕਲਾਕਾਰ ਆਉਂਦੇ ਆ ਉਹ ਵੀ ਆਪਣੀ ਹਾਜ਼ਰੀ ਲਵਾਉਂਦੇ ਆ, ਸਾਰੇ ਸੂਫੀਆਨਾ ਕਲਾਮ ਪੜ੍ਹਦੇ ਆ। ਇਸ ਸਾਰੇ ਜੋੜ ਮੇਲੇ ਦੌਰਾਨ ਸੰਗਤਾਂ ਨੂੰ ਲੰਗਰ ਵੀ ਤਿਆਰ ਕਰਕੇ ਨਿਰਵਿਘਨ ਛਕਾਇਆ ਜਾ ਰਿਹਾ ਸੀ, ਜਿਸ ਨੂੰ ਸੰਗਤਾਂ ਬਹੁਤ ਹੀ ਸਤਿਕਾਰ ਨਾਲ ਪੰਗਤਾਂ ਵਿੱਚ ਬੈਠ ਕੇ ਛਕ ਰਹੀਆਂ ਸਨ। ਇਸ ਸਮੇਂ ਤੇ ਸੇਵਾਦਾਰਾਂ ਵੱਲੋਂ ਆਪੋ ਆਪਣੀ ਸੇਵਾ ਵੀ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਨਿਭਾਈ ਜਾ ਰਹੀ ਸੀ। ਜੋੜ ਮੇਲੇ ਦੌਰਾਨ ਦਰਬਾਰ ਨੂੰ ਜਗਮਗ ਕਰਦੀਆਂ ਲਾਈਟਾਂ ਦੇ ਨਾਲ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਅਰਜਨਵਾਲ ਵੱਲੋਂ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਸੀ। ਇਹ ਸਾਲਾਨਾ ਉਸ ਦੀ ਸਮਾਪਤੀ ਉਸ ਅੱਲਾਹ ਤਾਲਾ ਖੁਦਾਬੰਦ ਕਰੀਮ ਅੱਗੇ ਕੁੱਲ ਲੋਕਾਈ ਦੇ ਭਲੇ ਲਈ ਅਰਦਾਸ ਬੇਨਤੀ ਕਰਕੇ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਸੇਵਾਦਾਰ ਗੁਰਨਾਮ ਸਿੰਘ ਵੱਲੋਂ ਆਏ ਹੋਏ ਮਹਾਂਪੁਰਸ਼ਾਂ, ਸੰਗਤ ਅਤੇ ਸੇਵਾ ਨਿਭਾ ਰਹੇ ਵਿਅਕਤੀਆਂ ਦਾ ਧੰਨਵਾਦ ਵੀ ਕੀਤਾ ਗਿਆ। ਮੈਂ ਸਾਈਂ ਜੁਮਲੇ ਸ਼ਾਹ ਜੀ ਦੇ 45ਵਾਂ ਸਾਲਾਨਾ ਜੋੜ ਮੇਲੇ ਦੀ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਜਿੰਨੀਆਂ ਵੀ ਸੰਗਤਾਂ, ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਨੇ ਇਸ ਮੇਲੇ ਦੇ ਵਿੱਚ ਯੋਗਦਾਨ ਪਾਇਆ ਹੈ, ਅਸੀਂ ਸਾਰਿਆਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਅਤੇ ਇਸ ਦਰਬਾਰ ਦੇ ਵਿੱਚ ਹਰ ਇੱਕ ਧਰਮ ਦੀਆਂ ਜਿੰਨੀਆਂ ਵੀ ਸੰਗਤਾਂ ਆਉਂਦੀਆਂ, ਸਾਧੂ ਫਕੀਰ ਆਉਂਦੇ ਹਨ, ਅਸੀਂ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਇਸ ਪ੍ਰੋਗਰਾਮ ਦੇ ਪ੍ਰਾਯੋਜਕ ਸਨ ਘੁੰਮਣ ਪ੍ਰੋਡਕਸ਼ਨ ਜਲੰਧਰ।